ਆ ਗੋਸ਼ੀ ਵਾਲੀ ਸਕਰੀਨ ਆ ਆਪਣੇ ਮੋਬਾਈਲ ਦੀ ਸਕਰੀਨ ਆ ਕਹਿੰਦੇ ਯੂ ਆਰ ਆਨਲਾਈਨ ਮੈਂ ਨੈਕਸਟ ਕੀਤੀ ਨੈਕਸਟ ਨੈਕਸਟ ਡਨ ਰਿਕੁਐਸਟ ਕਮ ਔਨ ਗੋਸ਼ੀ ਯਾਰ ਚੱਕ ਲਾ ਕੈਂਸਲ ਕੀਤਾ ਹੋਗੀ ਆ ਪਹਿਲੀ ਵਾਰ ਤਾਂ ਕੈਂਸਲ ਕਰਨੀ ਪੈ ਗਈ $40 ਚਲੋ ਕਨਫਰਮ ਪੂਲ ਉਹ ਸਾਲਾ ਫੇਰ ਆ ਗਿਆ ਫੇਰ ਬਈ ਗਲਤ ਚੱਕਿਆ ਦੇਖ ਲਓ ਉੱਪਰ ਨੇ ਕੈਂਸਲ ਲੋ ਜੀ ਸਾਡੇ $4 ਹੁਣ ਤੱਕ ਕੱਟੇ ਜਾ ਚੁੱਕੇ ਨੇ ਭਤੀਜੀ ਜੀ ਇੱਕ ਸੀਟ ਕਨਫਰਮ ਸੀਟ ਗੋਸ਼ਾ ਉਧਰੋਂ ਆਨਲਾਈਨ ਆ ਹੋਰ ਕੋਈ ਚੱਕਿਆ ਫੇਰ ਪੱਛਮੀ ਬੰਗਾਲ ਕੈਂਸਲ ਫਰਮ ਸੀਟ ਵਨ ਕਨਫਰਮ ਪੰਜਵੀਂ ਵਾਰ ਉਬਰ ਵਾਲਿਆਂ ਨੇ $10 ਬਣਾ ਲੈਣੇ ਆ ਪੰਜ ਉਬਰ ਰਾਈਡ ਆ ਫੇਰ ਕੋਈ ਹੋਰ ਬੰਦਾ ਚੱਕਦਾ ਕੈਂਸਲ ਨਾਲੇ 5 ਮਿੰਟ ਵੀ ਆ ਸਾਲਾ ਇਹ ਕੀ ਚੱਕਰ ਹੈ $2 ਕੈਂਸਲੇਸ਼ਨ ਫੀਸ ਕਰੇ ਚੱਲੀ ਹੁਣ ਤੇਰੇ ਹੋਰ ਗੁਰਦੁਆਰਾ ਸਾਹਿਬ ਨਹੀਂ ਜਾਣਾ ਗੁਰਦੁਆਰਾ ਸਾਹਿਬ ਚੱਲਦੇ ਹਾਂ ਤੁਸੀਂ ਗੁਰਦੁਆਰਾ ਸਾਹਿਬ ਆਏ ਸੀ ਮੱਥਾ ਟੇਕ ਲਿਆ ਕਿਉਂਕਿ ਗੋਸ਼ਾ ਪਾਸ ਹੋ ਗਿਆ ਤੇ ਦੂਜਾ ਕਾਰਨ ਸੀਗਾ ਗੁਰਦੁਆਰੇ ਸੀ ਮਤਲਬ ਕੱਢਣ ਹੀ ਆਉਣੇ ਹੁੰਦੇ ਇਹ ਦੂਜਾ ਕਾਰਨ ਸੀਗਾ ਉਬਰ ਰਾਈਡਾਂ ਮੰਗਣ ਆਏ ਸੀ ਉਬਰ ਚੱਲਦੀ ਹੈ ਕਿ ਨਹੀਂ ਆਪਾਂ ਹੁਣ ਲਾਸਟ ਵਾਰੀ ਟਰਾਈ ਕਰ ਰਹੇ ਹਾਂ ਲਾਸਟ ਵਾਰੀ ਪੂਲ ਸਿਲੈਕਟ ਕਰ ਲਿਆ ਹੁਣ ਫੇਰ ਉਰੇ ਬੈਠਾ ਕਨਫਰਮ ਪੂਲ ਦੇਖਦੇ ਹਾਂ ਆਨਲਾਈਨ ਆ ਗੋਸ਼ੇ ਤੋਂ ਆਪਾਂ ਮੇਰੀ ਗੱਲ ਸੁਣੋ ਕਰਨੀ ਤਾਂ ਕੈਂਸਲ ਹੀ ਆ ਵੱਡੀ ਵਾਲੀ ਕਰਕੇ ਦੇਖ ਲੈ $2 ਹੀ ਕੱਟੇ ਜਾਣੇ ਆ ਹਾਂ ਕਿੰਨੀ ਹੈ 36 ਉਬਰ ਐਕਸ ਕਰ ਰਹੇ ਆ ਕਨਫਰਮ ਪਿਕਅਪ ਫਾਈਨਿੰਗ ਯੋਰ ਉਬਰ ਓ ਟੈਪ ਟੂ ਅਸੈਪਟ ਖੜ ਜਾ ਹੋਰ ਕੋਈ ਨਾ ਹੋਵੇ ਨਹੀਂ ਆ ਚੱਕ ਹਾਏ ਆ ਕੀ ਲਿਖਿਆ ਆ ਗਿਆ ਖੜੇ ਬ੍ਰਾਈਟਨੈਸ ਬਾਬਾ ਜੀ ਨੇ ਸੁਣ ਲਿਆ ਉਹ ਬਾਈਕ ਨੂੰ ਸੱਚੇ ਪਾਸ਼ਾ ਵਾਈਟ ਬਾਕਸ ਵੈਗਨ ਬਜ਼ਾਰ ਮੈਨੂੰ ਪਿਕ ਤਾਂ ਕਰ ਲਾ ਪਹਿਲਾਂ ਮੈਂ ਤੇਰੀ ਪਹਿਲਾਂ ਰਾਈਡਰ ਤੁਸੀਂ ਉਬਰ ਚਲਾਉਣੇ ਹੋ ਪਿੱਛੇ ਬੈਠਾ ਮੈਂ ਪਿਛਲੀ ਦਿਨ ਕਾਹਦੇ ਵਾਸਤੇ ਰੱਖੀ ਆ ਪਤਾ ਵਾ ਖੁਸ਼ ਆ ਤੂੰ ਪਹਿਲੀ ਰਾਈਡ ਬਣੀ ਮੈਨੂੰ ਖੁਸ਼ ਆ ਰਿਕਾਰਡ ਕਰ ਲਿਆ ਤੇਰੇ $50 ਲਵਾ ਦੇ $50 ਤੇ ਉਬਰ ਹੋਈ ਆ ਡਰਾਈਵਰ ਨੇ ਵੱਧ ਹੋ ਗਏ ਔਖੀ ਮਿਲਦੀ ਆ ਉਹ ਬਾਈ ਤੋਂ ਵੱਧ ਬਣਾ ਲਏ ਉਹਨੇ 20 ਬਣਾਈ ਸੀ ਡੇਢ ਘੰਟੇ ਚ ਸਾਰੇ ਦਿਨ ਦੇ ਨਾ ਵਿਹਲੇ ਜੇ ਫਿਰਦੇ ਫਿਰਦੇ ਕਿੰਨੇ 33 ਬਣ ਗਏ ਇਹ ਚ ਮੈਨੂੰ ਵੀ 33 ਜਿਹੜਾ ਥੋੜੀ ਬਣ ਗਏ ਪਰ ਉਹ ਮੱਥਾ ਲੋਕਾਂ ਨੇ ਘੱਟ ਦਾ ਟਿਕਣ ਆਉਂਦਾ ਫੀਸ ਹੀ ਹੁੰਦੀ ਆ ਨਾ ਪਰ ਸੁਜੈਸ਼ਨ ਆ ਜੀ ਗੁਰਦੁਆਰਾ ਸਾਹਿਬ ਚ ਮਿਨੀਮਮ ਜਿਹਨੇ ਲਾਈਕ ਕੋਈ ਸੁਜੈਸ਼ਨ ਨੀ ਸਾਨੂੰ ਕੁਛ ਨੀ ਪਤਾ ਸੋਰੀ ਮਾਫ ਕਰ ਦਿਓ ਪਰ ਜੇ ਉਹ ਮਸ਼ੀਨ ਜੀ ਹੋਵੇ ਤਾਂ ਕਈ ਵਾਰ ਸੌਖਾ ਹੋ ਜਾਂਦਾ ਕਿ ਸਾਰੇ ਕੋਲ ਕ੍ਰੈਡਿਟ ਕਾਰਡ ਹੀ ਸਾਡੇ ਕੋਲ ਹੁੰਦਾ ਵਾ ਸਾਡੇ ਕੋਲ ਨਹੀਂ ਸਾਰਿਆਂ ਕੋਲ ਹੀ ਕ੍ਰੈਡਿਟ ਕਾਰਡ ਹੁੰਦਾ ਇੱਥੇ ਕੈਸ਼ ਬਹੁਤ ਘੱਟ ਯੂਜ਼ ਕਰਦੇ ਹਾਂ ਹੁਣ ਤੇਰੇ ਲਈ ਮਸ਼ੀਨ ਇੰਸਟਾਲ ਕਰਾਉਣਾ ਗੱਦਾ ਦੇ ਵਿੱਚ ਬਟ ਐਨੀਵੇ ਉਬਰ ਰਾਈਡ ਸਕਸੈਸਫੁਲ ਹੋ ਗਈ ਸਾਰਾ ਕੁਛ ਪਰਫੈਕਟ ਜਾ ਰਿਹਾ ਪਹਿਲੀ ਰਾਈਡ ਗੋਸ਼ੇ ਦੀ ਅੱਜ ਦਾ ਉਬਰ ਦਾ ਐਕਸਪੀਰੀਅੰਸ ਆ ਦੇਖੋ ਇਹ ਦੁਬਾਰਾ ਮੈਂ ਤੋਂ ਬਾਅਦ ਡਿਲੀਵਰੀ ਕਰੇਗਾ ਡਿਲੀਵਰੀ ਨਹੀਂ ਸੋਰੀ ਰਾਈਡਾਂ ਚੱਕੇਗਾ ਦੇਖਦੇ ਹਾਂ ਦੇਖੋ ਸਰ ਸੀਧਾ ਉਹ ਕਿੰਨੀ ਬੂਸਟ ਲਵਾਈ ਓਏ ਹੌਲੀ ਪੂਰੇ ਦੇਖ ਰਹਿਣ ਦੇ ਸਿੱਧਾ ਦੇਖ ਲੈ ਇੰਡੀਆ ਦੀ ਟਿਕਟ ਜਿਹੜੀ ਤੂੰ ਲੈਣੀ ਆ ਤੈਨੂੰ ਸਾਨੂੰ ਦਵਾਉਣੀ ਪੈਣੀ ਆ ਹੁਣ ਵੀ ਤਾਂ ਦੋਨੇ ਦਵਾਉਣੀ ਪੈਣੀ ਜਦ
ਕਰਵਾ ਦੋਗੇ ਤਾਂ ਵਗ ਜੂਗਾ ਨਹੀਂ ਰਹਿਣ ਦੂੰਗਾ ਫੋਕਸ ਕਰੋ ਵੀਰੇ ਡਰਾਈਵਿੰਗ ਤੇ ਆ ਫਸਟ ਉਬਰ ਡਰਾਈਵ ਤੈਨੂੰ ਕਿਵੇਂ ਲੱਗ ਰਿਹਾ ਡਰਾਈਵ ਕਰਦੇ ਨੂੰ ਪਤਾ ਨਹੀਂ ਲੱਗ ਰਿਹਾ ਬੜੀ ਯਾਰ ਤੂੰ ਤੇਜ਼ ਚਲਾਈ ਆ ਮੈਨੂੰ ਰੀਡਿੰਗ ਦੇਣੀ ਪੈਣੀ ਆ ਹੁਣ ਸੋ ਡੋਨਟ ਫੋਰਗੇਟ ਮੀ ਡੋਨਟ ਫੋਰਗੇਟ ਮੀ ਵਾਟ ਆਰ ਯੂ ਸੇਇੰਗ ਡੋਨਟ ਫੋਰਗੇਟ ਟੂ ਰੇਟ ਮੀ 5 ਸਟਾਰਸ ਕਿਹਦੇ ਵਿੱਚ ਓ ਲਾਈਫ ਮੇ ਜ਼ਰਾ ਆਪਣੇ ਦਿਲ ਦੇ ਓਹੋ ਹੋ ਕਿੱਥੇ ਮੈਨੂੰ ਤਾਂ ਦਿਖਾਈ ਨਹੀਂ ਰਿਹਾ ਉਬਰ ਉਬਰ ਕਰ ਕੰਪਲੀਟ ਉਬਰ ਐ ਹੈ ਇਹਨੇ ਕੰਪਲੀਟ ਕਰਤਾ ਮੈਨੂੰ 5 ਰੇਟਿੰਗ ਦਿੱਤੀ ਹੈ ਰੇਟ ਕਿੰਨੀ ਦੀ ਮੈਨੂੰ ਤੇ ਮੈਨੂੰ ਆਹ ਦੇਖ ਲਾ ਖੜ ਜਾ ਤੂੰ ਮੈਨੂੰ ਚਾਹੇ 0 ਦੇ ਓ ਇੱਕ ਦੋ ਤਿੰਨ ਇੱਕ ਟਿੱਪ ਨਹੀਂ ਦੇਣਾ ਟਿੱਪ ਵੀ ਆ ਦਿੰਦੀ ਹੈ ਕੁਝ ਟਿੱਪ ਨਹੀਂ ਦੇਣੀ ਦੇ ਯਾਰ ਗਿਵ ਅ ਕੰਪਲੀਮੈਂਟ ਲਿਖ ਲਾ ਜੇ ਲਿਖਣਾ ਗਿਵ ਕੰਪਲੀਮੈਂਟ ਦੇ ਆ ਲਿਖ ਲਾ ਕੁਝ ਲਿਖਣਾ ਕੀ ਲਿਖੇ ਛੇਤੀ ਲਿਖ ਮੈਂ ਐਕਸਲੈਂਟ ਸਰਵਿਸ ਛੇਤੀ ਲਿਖ ਮੈਂ ਚੱਲਿਆ ਦੱਸ ਦੇ ਛੇਤੀ ਚੱਲ ਕੁਝ ਮਰਜ਼ੀ ਲਿਖ ਲਾ ਆ ਪਿਆ ਕੈਮਰਾ ਮੈਨੂੰ ਪ੍ਰੈਸ਼ਰ ਪਿਆ ਹੋਇਆ ਫਟੀ ਆ ਜਾ ਛੇਤੀ ਆ ਯਾਰ ਕਿਤੇ ਮੈਂ ਬੈਠਾ ਰਹਿ ਜਾ ਇੱਥੇ ਕੀ ਕਮੈਂਟ ਲਿਖੀ ਆਪਣੇ ਆਪ ਨੂੰ ਗ੍ਰੇਟ ਕਨਵਰਸੇਸ਼ਨ ਐਕਸੀਲੈਂਟ ਸਰਵਿਸ ਉਹ ਕਿਆ ਹੋ ਗਿਆ ਡਨ ਕਮੈਂਟ ਅਤੇ ਇੰਨਾ ਕੁ ਕੰਮ ਹੁੰਦਾ ਬਸ ਆਪਾਂ ਨੂੰ ਆ ਗਏ ਆਹ ਦੇਖ ਲਓ ਇੱਧਰੋਂ ਕਿੰਨੇ ਡਾਲਰ ਆ ਗਏ ਆਪਾਂ ਨੂੰ ਮਾਰਕੀਟ ਦੀ ਰਾਈਡ 'ਚੋਂ 26.59 ਇਹ ਰਾਈਡ ਸੀਗੀ ਆਲਮੋਸਟ 20-25 ਕਿਲੋਮੀਟਰ ਦੀ ਅਤੇ 1 ਕਿਲੋਮੀਟਰ ਦੇ ਹਿਸਾਬ ਦੇ ਨਾਲ ਹੀ ਹੁੰਦੇ ਨੇ ਪੈਸੇ ਉਨੇ ਕੀ ਹੁੰਦੇ ਨੇ ਹੁਣ ਆਪਾਂ ਇਹਨੂੰ ਬੰਦ ਕਰ ਦਈਏ ਬਸ ਬਹੁਤ ਹੋ ਗਿਆ ਇੰਨੇ ਪੈਸੇ ਲੈ ਕੇ ਕਿੱਥੇ ਜਾਣਾ ਆਪਾਂ ਬੈਂਕ 'ਚ ਜਾਣਾ ਹੁਣ ਮੈਂ ਜਮ੍ਹਾਂ ਕਰਾਉਣ ਪੈਸੇ ਦੇਖਦੇ ਹਾਂ ਅੱਗੇ ਕੀ ਕਰਨਾ ਹੁਣ ਆਪਾਂ ਉਬਰ ਬੰਦ ਕਰਕੇ ਮੈਂ ਮਾਰਕੀਟ ਦੀ ਵੇਟ ਕਰਨ ਲੱਗਿਆ ਦੇਖਦੇ ਹਾਂ ਕਦੋਂ ਆਊਗਾ ਉਹ ਯਾਰ ਆਹ ਕੀ ਚੱਕਰ ਆ ਨਾ ਵੀ ਜਦੋਂ ਜਿਵੇਂ ਤੁਹਾਨੂੰ ਜ਼ੋਰ ਪਿਆ ਹੋਵੇ ਜਿਵੇਂ ਘਰ ਤਾਂ ਤੁਹਾਨੂੰ ਗੇਟ ਦਿਖਣ ਲੱਗ ਜਾਂਦਾ ਮਤਲਬ ਰੋਕਣੀ ਨਾਮੁਮਕਿਨ ਹੋ ਜਾਂਦੀ ਆ ਟ੍ਰੈਫਿਕ ਚਾਹੇ 15 ਮਿੰਟ ਫਸੇ ਹੋਏ ਬੰਦਾ ਫਿਰ ਵੀ ਰੋਕ ਲੈਂਦਾ ਘਰਦਾ ਘਿਰਦਾ ਘਰ ਰੁਕੀ ਨਹੀਂ ਜਮਾਂ ਅੰਦਰ ਗਿਆ ਤਾਂ ਵਾਸ਼ਰੂਮ ਦੋਨੋਂ ਲੋਕ ਸੀਗੇ ਦੋ ਮਿੰਟ ਵਾਸ਼ਰੂਮ ਦੇ ਬਾਹਰ ਖੜਾ ਰਿਹਾ ਫਿਰ ਜਦੋਂ ਜਾਨੂੰ ਅੰਦਰ ਗਿਆ ਜਾਨੂੰ ਕੰਮ ਠੰਡਾ ਹੋ ਗਿਆ ਸੀਗਾ ਕੀ ਚੱਕਰ ਆ ਯਾਰ ਜਦੋਂ ਹੀ ਘਰ ਦਾ ਗੇਟ ਤੋਂ ਗਿਆ ਮੈਂ ਕਿਹਾ ਵੀ ਨਹੀਂ ਬਾਈ ਵੀਡੀਓ ਵੂਡੀਓ ਹੋਈ ਕਿੰਨੀ ਰੇਟਿੰਗ ਸੀ ਆਪਣੇ ਆਪ ਨੂੰ 15 ਤੂੰ ਡਿਜ਼ਰਵ ਨਹੀਂ ਕਰਦਾ ਆਹ ਦੇਖ ਲਓ ਜੀ ਤਾਂ ਇਹਦਾ ਸਾਰਾ ਐਕਸਪੀਰੀਅੰਸ ਸੀਗਾ ਮੈਨੂੰ ਨਹੀਂ ਪਤਾ ਇਹਨੇ ਪਿੱਛੋਂ ਕੀ ਬੋਲਿਆ ਡਰਾਈਵ ਠੀਕ ਹੀ ਕਰਦਾ ਅੰਕਲ ਜੀ ਇਹਨੂੰ ਕੁਹਾੜੀ ਚਲਾਇਆ ਕਰੇ ਰਵਿੰਦਰ ਸਿੰਘ ਅੰਕਲ ਲੱਗੇ ਨੇ ਜਿਹੜੇ ਕਮੈਂਟ ਕਰਦੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਛੇਤੀ ਹੀ ਮੈਕੀ ਦੇ ਵਿਆਹ ਤੇ ਕੀ ਰੇਟ ਕੀਤਾ ਤਾ ਆਪਣੇ ਕਿੰਨਾ ਕੀਤਾ 5 ਟਿਪ ਤਾਂ ਨਹੀਂ ਦਿੱਤੀ ਮੈਂ ਸਿਰ ਪਾੜ ਦੂੰ ਜੇ ਟਿਪ ਦਿੱਤੀ ਹੋਈ ਆਏ ਨਹੀਂ ਸੀਗਾ ਟਿਪ ਵਾਲਾ ਉਹ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀਗਾ ਤੇ ਹੀ ਦੇਖ ਲਓ ਇਹਨੇ ਮੈਨੂੰ ਮੈਨੂੰ $26 ਤੇਰੀ ਰੇਟ ਤੇ ਨਾਟ ਬੈਡ ਯਾਰ ਹਨ 33 ਦੀ ਸੀ 34 ਦੀ ਹਾਂ ਮੈਂ ਕਿੰਨਾ ਗਰੀਬ ਹੋ ਗਿਆ ਹੁਣ ਕਿੱਥੇ ਚੱਲਿਆ ਸੀ ਦੱਸ ਨੀ ਸਕਦੇ ਮਿਲ ਜਾ ਅਗਲੇ ਵਲੌਗ ਚ ਲਵ ਯੂ ਟੇਕ ਕੇਅਰ ਬਾਏ ਬਾਏ ਮੈਂ ਤਾਂ ਕਹਿੰਦਾ ਸੀ ਸਾਰਾ ਹੋਇਆ ਬਾਏ ਸਾਰੇ ਲਵ ਯੂ ਟੇਕ ਕੇਅਰ ਹੱਸਦੇ ਹੱਸਦੇ ਰਹੋ